टुडेज टॉप स्टोरी स्पॉन्सर्ड बाय बाबा ब्रांड मसाले, स्वाद जो रह जाए याद, अवेलेबल ऑन अमेज़न। ਪੰਜਾਬ ਦੌਰੇ ਦੇ ਦੂਜੇ ਦਿਨ ਰਾਹੁਲ ਗਾਂਧੀ ਅੱਜ ਸੰਗਰੂਰ 'ਚ ਕੱਟਣਗੇ ਟਰੈਕਟਰ ਰੈਲੀ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਆੜ੍ਹਤੀਆਂ ਦੇ ਵਫ਼ਦ ਨਾਲ ਕਰਨਗੇ ਮੁਲਾਕਾਤ। ਸਮਾਣਾ ਵਿੱਚ ਕਰਨਗੇ ਸੰਬੋਧਨ। ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਵਿੱਚ ਪੁੱਠੇ ਝੰਡਿਆਂ ਨੇ ਕਰਵਾਈ ਫਜੀਹਤ। ਕਾਂਗਰਸੀਆਂ ਨੇ ਪੰਜਾਬ ਦਾ ਨਕਸ਼ਾ ਵੀ ਕੀਤਾ ਪੁੱਠਾ। ਵਿਰੋਧੀਆਂ ਨੇ ਕਿਹਾ ਰਾਹੁਲ ਦੀ ਕਿਸਾਨੀ ਨੂੰ ਪੁੱਠੀ ਸਪੋਰਟ। ਨਵੇਂ ਖੇਤੀ ਕਾਨੂੰਨਾਂ ਖਿਲਾਫ ਅੱਜ ਪੰਜਵੇਂ ਦਿਨ ਵਿੱਚ ਰੇਲ ਟਰੈਕ ਤੇ ਡਟੇ ਹੋਏ ਨੇ ਕਿਸਾਨ। ਟੋਲ ਪਲਾਜ਼ਾ ਵੀ ਘੇਰੇ, ਗਾਇਕਾਂ ਤੇ ਕਲਾਕਾਰਾਂ ਦਾ ਵੀ ਮਿਲ ਰਿਹਾ ਪੂਰਾ ਸਮਰਥਨ। ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 8 ਅਕਤੂਬਰ ਤੱਕ ਲਗਾਇਆ ਰੇਲ ਰੋਕੋ ਅੰਦੋਲਨ। 14 ਅਕਤੂਬਰ ਨੂੰ ਦੇਸ਼ ਭਰ ਵਿੱਚ ਸਮਰਥਨ ਮੁੱਲ ਦਿਹਾੜਾ ਮਨਾਉਣ ਦਾ ਕੀਤਾ ਐਲਾਨ। ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਨਾਲ ਕਰਨਗੇ ਤਾਲਮੇਲ। 3 ਮੈਂਬਰੀ ਕਮੇਟੀ ਕੀਤੀ ਕਾਇਲ। ਜੰਮੂ ਕਸ਼ਮੀਰ ਤੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਚੋਂ ਕੱਢੇ ਜਾਣ ਤੇ ਵੀ ਕਰਿਆ ਜਾਵੇਗਾ ਅੰਦੋਲਨ। ਹੁਣ ਚੱਡਾ ਸ਼ੂਗਰ ਮਿੱਲ ਦੇ ਖਿਲਾਫ ਗੰਨਾ ਕਿਸਾਨਾਂ ਨੇ ਮੁੜ ਤੋਂ ਖੋਲਿਆ ਮੋਰਚਾ। ਰਾਤ ਭਰ ਮਿੱਲ ਦੇ ਬਾਹਰ ਦਿੱਤਾ ਧਰਨਾ। ਬਕਾਇਆ ਮੇੜ ਤੱਕ ਧਰਨਾ ਜਾਰੀ ਰੱਖਣ ਦੀ ਦਿੱਤੀ ਚੇਤਾਵਨੀ। ਅੰਮ੍ਰਿਤਸਰ ਪੁਲਿਸ ਨੇ 15 ਨਾਮੀ ਡਾਕਟਰਾਂ ਸਣੇ 25 ਦੇ ਉੱਤੇ ਕੇਸ ਕੀਤਾ ਦਰਜ। ਐਕਸ ਸਰਵਿਸ ਮੈਨ ਦੇ ਫਰਜ਼ੀ ਕਾਗਜ਼ਾਤ ਬਣਾ ਕੇ ਕਰਦੇ ਸੀ ਇਲਾਜ। ਮੁਲਾਜ਼ਮਾਂ ਵਿੱਚ ਆਪ ਆਗੂ ਡਾਕਟਰ ਇੰਦਰਵੀਰ ਨਿੱਗਰ ਵੀ ਸੀ ਸ਼ਾਮਲ। ਪੰਜਾਬ ਵਿੱਚ 24 ਘੰਟਿਆਂ ਦੇ ਦੌਰਾਨ ਕੋਰੋਨਾ ਦੇ 857 ਨਵੇਂ ਮਾਮਲਿਆਂ ਦੇ ਮੁਕਾਬਲੇ 1509 ਮਰੀਜ਼ ਹੋਏ ਠੀਕ। ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ ਹੋਈ 1,00,000 ਤੋਂ ਪਾਰ। IPL ਦਾ ਰੋਮਾਂਚ ਬਰਕਰਾਰ। ਅੱਜ RCB ਦਾ ਦਿੱਲੀ ਕੈਪੀਟਲ ਦੇ ਨਾਲ ਮੁਕਾਬਲਾ। ਬੀਤੇ ਦਿਨ ਹੀ ਮੁੰਬਈ ਦੀ ਹੋਈ ਸੀ ਜਿੱਤ।